ਗੁਰਮੀਤ ਅੰਕਲ ਆਪਣੀ ਮੌਤ ਦੀ ਆਪ ਗੱਲ ਕਰਦੇ ਆ, ਕਿਉਂ? ਕਿਉਂਕਿ ਮੌਤ ਦਿਖਣ ਲੱਗ ਗਈ ਹੈ। 10 ਦਿਨ, 20 ਦਿਨ, ਮਹੀਨਾ ਕਹਿੰਦੇ ਖਿੱਚ ਕੇ। 26 ਸਤੰਬਰ ਨੂੰ ਬਚਪਨ ਦਾ ਜੋਟੀ ਯਾਰ ਤੁਰਿਆ ਹੋਇਆ, 26 ਸਤੰਬਰ ਨੂੰ ਪਹੁੰਚ ਜਾਣਾ ਉਹਨੇ। ਹੁਣ ਅੰਕਲ ਦਾ ਪਿਆਰ ਵੀ ਸਭ ਦਾ ਪਿਆ ਹੋਇਆ, ਕਿਉਂ? ਕਿਉਂਕਿ ਸਿਆਣੀ ਗੱਲਾਂ ਕਰਦੇ ਆ। ਜੁੜੇ ਰਹੋ, ਬੜਾ ਇੰਪੋਰਟੈਂਟ ਵੀਡੀਓ ਹੈ, ਸ਼ੇਅਰ ਕਰਿਓ। ਕਿਵੇਂ ਇੱਕ ਬੰਦਾ ਆਪਣੀ ਜ਼ਿੰਦਗੀ ਤੋਂ ਭਰਪੂਰ ਜੀ ਕੇ ਹਾਰ ਗਿਆ ਕਿ ਖੁਸ਼ ਹੈ? ਆਪਾਂ ਜ਼ਰੂਰ ਅੰਕਲ ਨਾਲ ਗੱਲ ਕਰਦੇ ਹਾਂ। ਜੇ ਅੰਕਲ ਚਲੇ ਗਏ, ਸੱਚੀ ਅਸਰ ਦੁੱਖ ਹੋਏਗਾ। ਗੱਲ ਕਰਦੇ ਹੋ ਅੰਕਲ ਨਾਲ? ਹਾਂਜੀ, ਮਿਲਣ ਜਾਂਦਾ ਜੀ ਅੰਕਲ ਨੂੰ। ਦੁੱਖ ਹੋਏਗਾ ਜੇ ਅੰਕਲ ਚਲੇ ਗਏ? ਕਹਿੰਦੇ ਮੈਂ 10 ਦਿਨ 20 ਦਿਨ ਵੱਧ ਤੋਂ ਵੱਧ ਮਹੀਨਾ ਖਿੱਚ ਕੇ, ਇਸ ਤੋਂ ਵੱਧ ਨਹੀਂ ਹੈਗਾ। ਬਹੁਤ ਦੁੱਖ ਹੋਏਗਾ ਜੀ, ਬਹੁਤ ਅੱਛੀ ਗੱਲਾਂ ਕਰਦੇ, ਵਧੀਆ ਗੱਲਾਂ ਕਰਦੇ ਨਾ। ਪੋਜ਼ਿਟਿਵ ਬਹੁਤ ਨੇ, ਮੌਤ ਦਾ ਕੋਈ ਖੌਫ ਨਹੀਂ, ਕੋਈ ਡਰ ਨਹੀਂ। ਸਾਰਿਆਂ ਨੂੰ ਇਹੀ ਸੇਧ ਵੀ ਦਿੰਦੇ ਨੇ ਕਿ ਮੌਤ ਇੱਕ ਦਿਨ ਆਉਣੀ ਆਉਣੀ ਆ, ਬਸ ਆਪਣਾ ਅੱਜ ਖੁੱਲ ਕੇ ਜੀ ਲਓ। ਪਲਵੀ ਭੈਣ ਜੀ, ਅੰਕਲ ਅਗਰ ਜੋ ਕਹਿ ਰਹੇ ਆ ਕਿ ਮੈਂ 10 ਦਿਨ 20 ਦਿਨ ਜ਼ਿਆਦਾ ਖਿੱਚ ਕੇ ਇੱਕ ਮਹੀਨਾ ਰਹੂੰਗਾ, ਇਨਸਾਨ ਕੋ ਆਪਣੀ ਮੌਤ ਕਾ ਆਭਾਸ ਹੋਣ ਲੱਗ ਜਾਂਦਾ ਹੈ ਨਾ? ਕਿਉਂ? ਕਿਉਂਕਿ ਇੱਕ ਫੇਫੜਾ ਪੂਰਾ ਖਤਮ ਹੈ ਔਰ ਇੱਕ ਫੇਫੜਾ ਸਿਰਫ 25% ਹੈ। ਦੁੱਖ ਹੋਏਗਾ? ਦੁੱਖ ਭਈਆ ਅਗਰ ਪਹਿਲੇ ਵਾਲੀ ਕੰਡੀਸ਼ਨ ਮੇਂ ਜਾਤੇ ਜਹਾਂ ਪੇ ਬਿਲਕੁਲ ਇਨਕੋ ਕਾਰਨਰ ਕਰ ਦਿਆ ਗਿਆ ਥਾ, ਲੇਕਿਨ ਅਭੀ ਖੁਦ ਖੁਸ਼ੀ ਸੇ ਜਾ ਰਹੇ ਹੋ, ਤੋ ਮੈਂ ਆ ਬਹੁਤ ਖੁਸ਼ ਹੂੰ। ਜਿਤਨਾ ਟਾਈਮ ਆਪਣਾ ਬਤਾਓ, ਦੁੱਖ ਹੋਗਾ? ਬਸ ਇਨਸਾਨ ਹੈ, ਥੋੜਾ ਜਿਹਾ ਅੱਛੀ ਬਾਤਾਂ ਕਰਤੇ ਹਾਂ, ਪੋਜ਼ਿਟਿਵ ਹੈ ਨਾ? ਹਾਂ, ਪੋਜ਼ਿਟਿਵ ਬਾਤਾਂ ਕਰਤੇ ਹਾਂ, ਬਟ ਚਲੋ ਇਹ ਕਿ ਹਾਂ ਸੇ ਇਹ ਅੱਛੀ ਜਗ੍ਹਾ ਸੇ ਜਾਏਂਗੇ ਔਰ ਬਹੁਤ ਸ਼ਾਂਤੀ ਸੇ ਜਾਏਂਗੇ, ਸੈਟੀਸਫਾਈ ਹੋ ਕੇ ਜਾ ਰਹੇ ਹਾਂ। ਹਾਂ, ਔਰ ਆਪਣੇ ਕਸ਼ਟ ਸੇ ਇੱਕ ਤਰ੍ਹਾਂ ਸੇ ਇਨਕੋ ਮੁਕਤੀ ਮਿਲ ਜਾਏਗੀ, ਤੋ ਇਹ ਕਿ ਹਾਂ ਸੇ ਖੁਸ਼ ਹੋ। ਅੰਕਲ ਨੇ ਭਰਪੂਰ ਜ਼ਿੰਦਗੀ ਜੀ ਹੈ, ਗੱਲ ਕਰਦੇ ਆ, ਬੜੇ ਪੋਜ਼ਿਟਿਵ ਇਨਸਾਨ ਨੇ, ਹੈ ਨਾ? ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਹੈ। ਅੱਪੀ ਕੀ ਹਾਲ ਚਾਲ ਨੇ? ਠੀਕ ਆ ਜੀ, ਬਹੁਤ ਵਧੀਆ। ਹਾਂ, ਫਸਟ ਕਲਾਸ ਹੈ ਜੀ। ਫਸਟ ਕਲਾਸ? ਹਾਂਜੀ। ਗੱਲ ਕਰੋਗੇ? ਜ਼ਰੂਰ ਜੀ। ਮੈਨੂੰ ਥੋੜ੍ਹਾ ਉਹ ਦਿਓ ਬੈਂਚ। ਕਿਵੇਂ ਲੱਗਦਾ ਦੋਸਤ ਤੁਰਿਆ ਹੋਇਆ ਹੁਣ? 26 ਨੂੰ ਕੈਨੇਡਾ ਤੋਂ ਪਹੁੰਚ ਜਾਣਾ ਜੀ। ਹੈਂ, 26 ਨੂੰ ਆਪਣੇ ਕੋਲ ਪਹੁੰਚ ਜੂ। ਪਹੁੰਚ ਜੂਗਾ? ਹਾਂਜੀ, ਚਾਂਸ ਹੈ ਗਿਆ ਰੇ, ਜੋ ਕੋਈ ਮਾੜਾ ਮੋਟਾ। ਅੱਛਾ, ਅੰਕਲ ਬੁਲਾਇਆ ਕਿਉਂ ਉਹਨੂੰ ਸਪੈਸ਼ਲੀ? ਕੋਈ ਹਾਂ ਜੀ, ਦੁਖੇ ਮੇਰਾ ਕੁਛ ਹੂੰਗਾ ਉਹ ਮਾਰਦਾ ਹੁੰਦਾ। ਹੈਂ, ਦੁਖੇ ਮੇਰਾ ਕੁਛ ਹੂੰਗਾ ਉਹ ਮਾਰਦਾ। ਅੱਛਾ, ਇੰਨਾ ਕੁ ਪਿਆਰ ਹੈਗਾ, ਇੱਕ ਮਨ ਨੇ ਆਵਾਜ਼ ਦਿੱਤੀ ਆ ਮੇਰੇ, ਮੈਂ ਯਾਰ ਬਿਮਾਰੀ ਦਾ ਮੈਂ ਇਤਬਾਰ ਨਹੀਂ ਕਰ, ਮਿਲ ਹੀ ਲਈ ਨਾ ਮੈਂ ਆ ਗਿਆ। ਟਾਈਮ ਦਾ ਹੁਣ ਲੱਗਦਾ ਨਹੀਂ ਪਤਾ ਕੁਛ? ਹਾਂਜੀ, ਲੱਗਦਾ ਨਹੀਂ ਕੁਛ ਪਤਾ ਨਾ, ਕੁਛ ਨਹੀਂ ਕਹਿ ਸਕਦੇ ਜੀ, ਹੁਣ ਬ੍ਰੇਕਾਂ ਫੇਲ ਹੀ ਨੇ ਉਮਰ ਦੇ ਹਿਸਾਬ ਨਾਲ, ਵੀ ਬਿਮਾਰੀ ਕੌੜਾ ਸੱਚ ਆ, ਫੇਫੜੇ ਦਾ ਜਵਾਬ ਦੇ ਚੁੱਕੇ, ਜਾਣਾ ਤਾਂ ਸਾਹਮਣੇ ਅੱਗੇ ਪਿੱਛੇ ਹੋ ਕੇ ਜਾਣਾ ਹੀ ਆ, ਐਵੇਂ ਮਨ ਨੂੰ ਝੂਠੀ ਤਸੱਲੀ ਦੇਈ ਹੈਗੀ, ਕੋਈ ਫਾਇਦਾ ਨਹੀਂ, ਗੱਡੀ ਇੱਥੇ ਖੜੀ ਆ ਬਾਰਡਰ ਤੇ। ਸਰ ਦੋਸਤੋ, ਇੱਕ ਨਾ ਇੱਕ ਉਮਰ ਜੀ ਹੈ ਨਾ, ਇਨਸਾਨ ਜ਼ਿੰਦਗੀ ਦੇ ਇਸ ਪੜਾਵ ਤੇ ਆ ਕੇ ਕਿਵੇਂ ਸੋਚਦਾ ਹੈ, ਉਸ ਬਾਰੇ ਅੰਕਲ ਨਾਲ, ਗੁਰਮੀਤ ਅੰਕਲ ਨਾਲ ਗੱਲਾਂ ਕਰਨੀਆਂ ਨੇ। ਦੇਖੋ, ਜ਼ਿੰਦਗੀ ਦੇ ਵਿੱਚ ਆਪਾਂ ਮਹਿੰਗੀ ਮਹਿੰਗੀ ਚੀਜ਼ਾਂ ਵਿੱਚ ਭੱਜਦੇ ਰਹਿੰਦੇ ਨਾ, ਪੈਸਾ, ਸ਼ੋਹਰਤ, ਰਿਸ਼ਤੇ, ਅਟੈਂਸ਼ਨ ਬਹੁਤ ਪਾਉਂਦੇ ਹਾਂ ਨਾ, ਐਕਸੈਪਟੈਂਸ, ਸੋਸ਼ਲ ਐਕਸੈਪਟੈਂਸ ਬਹੁਤ ਭਾਲਦੇ ਹਾਂ ਆਪਾਂ। ਅੰਕਲ, ਇੱਜ਼ਤ ਬਹੁਤ ਕਮਾਈ, ਬੇਇੱਜ਼ਤੀ ਬਹੁਤ ਕਮਾਈ। ਅੱਛਾ, ਅੱਜ ਕੇ ਬੇਇੱਜ਼ਤੀ ਕਮਾਈ, ਥੋੜ੍ਹੀ ਬਹੁਤੀ ਇੱਜ਼ਤ ਵੀ ਕਮਾ ਲਈ ਜੀ, ਚੰਗਾ ਟਾਈਮ ਵੀ ਦੇਖ ਲਿਆ, ਬੱਚੇ ਪੜ੍ਹਾ ਲਏ, ਵਿਆਹ ਲਏ, ਸਭ ਕੁਛ ਦੇਖ ਲਿਆ। ਜ਼ਿੰਦਗੀ ਤੋਂ ਸ਼ਿਕਵਾ ਕੋਈ? ਨਾ ਜੀ, ਕੋਈ ਸ਼ਿਕਵਾ ਨਹੀਂ, ਇੱਕ ਹੈ ਥੋੜ੍ਹਾ ਜਿਹਾ ਵੀ ਆਪਦੇ ਬਾਰੇ ਘੱਟ ਸੋਚਿਆ, ਆਪਦੇ ਬਾਰੇ ਮੈਂ ਟਾਈਮ ਨਹੀਂ ਕੱਢਿਆ। ਇਹ ਕੋਈ ਹਸਰਤ ਰਹਿ ਗਈ ਦਿਲ 'ਚ? ਕੋਈ ਹਸਰਤ ਰਹਿ ਗਈ? ਕੋਈ ਪੂਰੀਆਂ ਤਾਂ ਹੁੰਦੀਆਂ ਨੇ, ਪਰ ਮੈਂ ਕਹੂੰ ਪੂਰੀਆਂ ਨੇ, 68 ਸਾਲ ਦੀ ਉਮਰ ਹੋ ਗਈ ਆ,
ਜ਼ਿੰਦਗੀ 'ਚ ਚੰਗੇ ਮਾੜੇ ਪੱਖ ਰੱਜ ਕੇ ਭੁੱਕੇ ਆ, ਜਿਹੜਾ ਮਾੜਾ ਪੱਖ ਹੁੰਦਾ ਉਹ ਵੀ ਚੰਗੇ ਲਈ ਆਇਆ। ਦੁਨੀਆਂ ਦੇ ਉਸ ਕੋਨੇ ਤੋਂ ਹੁਣ ਪੰਜਾਬ 'ਚ ਆ ਕੇ ਆਪਣੀ ਧਰਤੀ 'ਤੇ ਆ ਕੇ, ਪਰ ਮੈਂ ਇੱਕ ਕਹੂੰਗਾ ਅਸਲੀ ਆਪਣੀ ਧਰਤੀ ਆਈ ਆ ਗੁਰੂਆਂ ਪੀਰਾਂ ਦੀ ਵੀ ਅਤੇ ਆਪਦੀ ਜਨਮ ਭੂਮੀ। ਮੈਂ ਜਿਹੜੀ ਖਾਸ ਸਮਝਾਂ, ਲੋਕੀ ਤਾਂ ਬਾਹਰ ਭੱਜੀ ਜਾਂਦੇ ਕੈਨੇਡਾ ਅਮਰੀਕਾ, ਪੈਸੇ ਦੀ ਦੌੜ ਆ ਜੀ। ਮੈਂ ਤਾਂ ਕਹਿੰਦਾ ਅੱਧਾ ਕਿਲੋ ਆਟਾ ਖਾਣਾ ਇੱਥੇ ਹੀ ਕਰ ਵੇ, ਹਾਂ ਅੱਧਾ ਕਿਲੋ ਆਟਾ ਖਾਣਾ ਇੱਥੇ ਹੀ ਕਰ ਵੇ। ਚਲੋ ਇੱਕ ਠੀਕ ਆ, ਬੱਚਿਆਂ ਨੂੰ ਕੰਮ ਨਹੀਂ ਮਿਲਦਾ ਉਰੇ, ਮਜ਼ਬੂਰੀ ਜਾਣਾ ਪੈਂਦਾ, ਉਹ ਆਪਣੇ ਤੋਂ। ਮੈਂ ਆਪਣੇ ਡੈਡੀ ਨਾਲ ਗੱਲ ਕਰਦਾ ਹੁੰਦਾ, ਡੈਡੀ ਨਾ ਜਦ ਉਮਰ ਦੀ ਆਖਰੀ ਅਵਸਥਾ ਵਿੱਚ ਪਹੁੰਚੇ ਤਾਂ ਡੈਡੀ ਕਹਿੰਦੇ ਸੀ ਮੈਨੂੰ ਜ਼ਿੰਦਗੀ 'ਚ ਇੰਨੇ ਪੈਸੇ ਦੀ ਲੋੜ ਨਹੀਂ ਸੀ, ਮੈਂ ਜਿੰਨੇ ਭੱਜ ਭੱਜ ਕੇ ਕਮਾਉਂਦਾ ਰਿਹਾ। ਨਹੀਂ ਪੈਸਾ ਕਮਾਉਣਾ ਚਾਹੀਦਾ, ਪਰ ਉਹ ਉਹਨਾਂ ਨਾਲ 24 ਘੰਟੇ ਸੌਵੋ ਹੀ ਨਾ, ਟਾਈਮ ਟੇਬਲ ਬਣਾ ਲਓ, ਸਾਰਾ ਕੁਝ ਠੀਕ ਕਰੋ, ਅਗਰ ਜ਼ਿਆਦਾ ਕਰੋਗੇ 24 ਘੰਟੇ ਫਿਰ ਪਛਤਾਵਾ ਜ਼ਰੂਰ। ਰਿਸ਼ਤੇ ਨਾਤਿਆਂ ਨੂੰ ਔਰ ਆਪਣੇ ਆਪ ਨੂੰ ਟਾਈਮ ਜ਼ਰੂਰ ਦਿਓ ਨਾ। ਰਿਸ਼ਤੇ ਨਾਤੇ ਤਾਂ ਇੱਕ ਮਾਫ ਕਰਨਾ ਕੌੜਾ, ਹਾਂ ਬਈ ਪੈਸੇ ਦੇ ਰਹਿ ਗਏ, ਪੈਸੇ ਹੁਣ ਰਹਿ ਗਏ, ਉਹਨਾਂ 'ਚ ਹਨ ਕੁਛ ਜਾਂ ਟਾਈਮ ਹੀ ਨਹੀਂ ਦੇਣਾ, ਸਾਰੇ ਮਾੜੇ ਨਹੀਂ ਮੈਂ ਕਹਿੰਦਾ। ਹਾਂ ਜਿਹਨੂੰ ਪੁੱਛੋ, ਯਾਰ ਮੈਂ ਇੱਧਰ ਫਸਿਆ ਹੋਇਆ ਸੀ, ਇੱਧਰ ਮਕਾਨ ਗਿਆ, ਇੱਧਰ ਵਿਆਹ ਗਿਆ, ਆਹੀ ਝੰਝਟ ਨਹੀਂ ਮੁੱਕਦੇ। ਬਾਕੀ ਚਲਤੀ ਦਾ ਨਾਮ ਗਾੜੀ, ਪੈਸੇ ਆਧਾਰ ਮਿਲ ਜਾਣਗੇ, ਨਹੀਂ ਕੋਲ ਪੈਸੇ ਦੇ ਆਧਾਰ ਵੀ ਨਹੀਂ ਮਿਲਣ, ਆਹ ਕੰਮ ਹੋਏਗਾ ਹੁਣ ਤਾਂ, ਚਾਹੇ ਰਿਸ਼ਤੇਦਾਰ ਨੇ ਚਾਹੇ ਦੂਰ ਵਾਲੇ, ਜਿਹੜਾ ਹੈਗਾ ਜੁੜਦਾ ਤੁਹਾਡੇ ਨਾਲ ਉਹ ਰੱਬ ਆ, ਮੈਂ ਤਾਂ ਹੈਗੀ ਰਿਸ਼ਤੇਦਾਰ ਪੈਸੇ ਸਾਰੇ ਮਾੜੇ। ਪਰ ਮੈਂ ਕਹੂੰ ਦੋ ਰਿਸ਼ਤੇ ਸਭ ਤੋਂ ਵੱਡੇ, ਇੱਕ ਜੀਵਨ ਸਾਥੀ ਇੱਕ ਦੋਸਤ, ਇਦੋਂ ਵੱਡਾ ਕੋਈ ਰਿਸ਼ਤਾ ਹੈ ਨਹੀਂ ਚਾਹੇ ਜ਼ਿੰਦਗੀ ਦੋਸਤ ਜੀਵਨ ਸਾਥੀ। ਤੁਹਾਡੇ ਜੀਵਨ ਸਾਥੀ ਕਦ ਵਿਛੜ ਗਏ ਸੀਗੇ? ਉਹਦਾ ਨਹੀਂ ਪੁੱਛੋ ਨਾ, ਉਹਨੂੰ ਪੰਜ ਸਾਲ ਪਹਿਲਾਂ ਬੜੀ ਖੁਸ਼ ਕਿਸਮਤ ਨਿਕਲੀ, ਉਹ ਕੁਰਸੀ 'ਤੇ ਬੈਠੀ ਗੱਲਾਂ ਕਰਦੀ ਸੀ, ਉੱਥੇ ਹੀ ਸੌਂ ਗਈ, ਮੈਂ ਤਾਂ ਕਰਮ ਵਾਲੀ ਕਹਿੰਦਾ ਮੇਰੇ ਯਾਰ ਨੂੰ ਗੱਲ ਕਰਦੇ ਉੱਥੇ ਸੌ ਗਿਆ। ਹਾਂਜੀ ਉੱਥੇ ਹੀ ਸੌਂ ਗਈ, ਤਾਂ ਦੇਖਿਆ ਹੈ ਨਹੀਂ। ਬਾਕੀ ਰਹੀ ਇਹ ਹਜੇ ਤੱਪਰ ਮੈਂ ਝੱਲੇ ਨੂੰ 2 ਸਾਲ ਨਾ ਹੋਏ, ਨਾਲ ਦੇ ਚਲੇ ਜਾਣ, ਦੁੱਖ ਤਾਂ ਹੁੰਦਾ ਹੀ ਆ, ਹੁੰਦਾ ਹੀ ਆ। ਭਰਾ ਉਹ ਵੀ ਸੌ ਗਿਆ, ਉੱਧਰ ਸੀਗਾ ਅਸਲ ਪਿੱਛੋਂ, ਉਹ ਮੈਨੂੰ ਲੈ ਟੁੱਟ ਗਿਆ ਜਦੋਂ ਕਿਹਾ ਅਚਾਨਕ, ਮੈਂ ਹਿੱਲ ਗਿਆ, ਉਹਨੂੰ ਆ ਰਹੀ ਹੈ ਨਹੀਂ ਸੀ ਕੋਈ, ਅਤੇ ਉਹਦਾ ਇੰਨਾ ਹਿੱਲਿਆ ਜਾਣੇ ਰੋਜ਼ ਮੈਨੂੰ ਸਵੇਰ ਦੇ ਐਂ ਲੱਗਦਾ ਵੀ 6 ਵਜੇ ਅੱਜ ਵੀ ਵੀ 6 ਵਜੇ ਆ ਕੇ ਕਿਸੇ ਨੇ ਕਿਹਾ ਤੇਰਾ ਭਰਾ ਹੈ, ਅਜੇ ਵੀ ਹੂਕ ਨਿਕਲ ਗਿਆ ਰੱਜ ਕੇ, ਰੋ ਨਾ ਤਾਂ ਸਕਿਆ ਵੀ ਯਾਰ ਬੱਚੇ ਦੇ ਮਾੜਾ ਅਸਰ, ਉਹ ਰੋਣ ਹਜੇ ਅੰਦਰ ਹੀ ਫਸਿਆ। ਮੈਂ ਤਾਂ ਕਹੂੰ ਨੇੜੇ ਦੇ ਜਦੋਂ ਚਲੇ ਜਾਂਦੇ ਆ ਨਾ, ਖਾਸ ਨੇੜੇ ਦੋਨੇ ਬਾਹਾਂ ਸੀ ਮੇਰੀਆਂ, ਇੱਧਰ ਭਰਾ ਇੱਧਰ ਮੇਰੀ ਮਿਸ, ਦੋਨੇ ਬਾਹਾਂ ਵੱਜਿਆ। ਤੀਜੀ ਮੇਰੀ ਉੱਥੇ ਜਾ ਕੇ ਜਵਾਨ ਵੱਢੀ ਗਈ, ਕਿਉਂ ਮੈਨੂੰ ਭਾਸਾ ਨਹੀਂ ਸੀ ਹੁੰਦੀ, ਤਿੰਨੇ ਚੀਜ਼ਾਂ ਤਿੰਨੇ ਉੱਥੇ ਗੂੰਗਾ ਬਣ ਗਿਆ, 2 ਬਾਹਾਂ ਵੱਢੀਆਂ ਗਈਆਂ, ਹਾਲਾਤ ਸਿਰਜੇ ਗਏ ਮੇਰੇ, ਵਾਪਸ ਆਉਣ ਦੇ ਉੱਥੇ ਇਕੱਲਾ ਰਹਿ ਗਿਆ, ਬੱਚੇ ਕੰਮ 'ਤੇ ਚਲੇ ਜਾਂਦੇ ਸੀਗੇ, ਉਹ ਆਪਣੇ ਤੋਂ ਠੀਕ ਨੇ, ਪਰ ਮੈਂ ਇਕੱਲਾ ਇੱਕ ਜੇਰ ਬੋਲੀ ਜਿਹੜੀ ਗੱਲ ਹੋ ਗਈ। ਤਿੰਨ ਸਾਲ ਰੱਬ ਅੱਗੇ ਹੁਣ ਮੀਂਹ ਪੈ ਰਿਹਾ, ਕੁਛ ਖਾਣਾ ਚਾਹੋਗੇ? ਤੁਸੀਂ ਬ੍ਰੈਡ ਪਕੌੜੇ ਕਹਿ ਗਏ ਨਾ, ਖਾਵਾਂਗੇ ਅੱਜ, ਤੇਲ ਵਾਲੀ ਦਵਾਈ ਲੈ ਦਿਓਗੇ? ਹੈਂ ਦਵਾਈ ਲੈ ਦਿਓ, ਦਵਾਈ ਲੈ ਦਿਓ, ਅੱਜ ਖਾਵਾਂਗੇ, ਖਾਸ ਰੱਖਣੀ ਨਹੀਂ ਹੁੰਦਾ। ਚਲੋ ਠੀਕ ਹੈ, ਉਹ ਪਿਆਰ ਤਾਂ ਖਾਣਾ, ਮੀਂਹ ਪੈ ਰਿਹਾ, ਵਧੀਆ ਮੌਸਮ ਹੈ, ਅਤੇ ਬ੍ਰੈਡ ਪਕੌੜੇ ਖਾਂਦੇ ਆ, ਅਤੇ ਖਾਵਾਂਗੇ ਖਾਣੇ ਆ। ਇੱਕ ਛੋਟਾ ਜਿਹਾ ਕੰਮ ਕਰਨਾ, ਜਿਵੇਂ ਕਿ ਰਾਹਤ ਦੀ ਕੋਈ ਅਗਰ ਮੈਡੀਸਨ ਮਿਲ ਜਾਏ, ਉਹ ਲਾਲਚ ਤਾਂ ਹੈ ਨਹੀਂ, ਰਾਹਤ ਦੀ ਮੈਡੀਸਨ ਮਿਲ ਜਾਏ ਮੇਰਾ ਥੋੜ੍ਹਾ ਜਿਹਾ ਅਮਲਿਆਂ ਨੂੰ ਟਾਈਮ ਨਿਕਲੀ ਜਾਊਗਾ, ਵੀ ਮੈਨੂੰ ਰਾਹਤ ਜੀ ਰਹੇ, ਤਕਲੀਫ ਇੰਨੀ ਆ ਵੀਰ ਵੀ ਮੇਰੇ ਲਈ ਝੱਲਣੀ ਮੁਸ਼ਕਲ ਆ। ਦਰਦ ਹੁੰਦਾ ਸਾਹ ਜਿਹਨੇ ਨਾ ਦੌੜ ਲਾ ਕੇ ਹਟੇ ਹੁੰਦੇ ਆ, ਥੱਕੇ ਨੂੰ ਕਹਿੰਦੇ ਫਿਰ ਭੱਜ ਫਿਰ ਭੱਜ,
ਉੱਥੇ ਮੈਂ ਰੁਕਣਾ ਚਾਹੁੰਦਾ, ਸਾਹ ਲੈਣਾ ਚਾਹੁੰਦਾ, ਹਟਦਾ ਹੀ ਨਹੀਂ, ਇੰਨਾ ਤੇਜ਼ ਚੱਲਦਾ ਵੀ ਬੱਖੀਆਂ ਸੁੱਜੀਆਂ ਪਈਆਂ। ਮੈਂ ਕਹਿੰਦਾ ਤਕਲੀਫ ਤੋਂ ਰਾਹਤ ਹੋ ਜਾਵੇ, ਬਿਮਾਰੀ ਤੋਂ ਬੇਸਕਣਾ ਹੋਵੇ, ਉਹਦੀ ਮੈਨੂੰ ਕੋਈ ਪਰਵਾਹ ਨਹੀਂ। ਬਾਕੀ ਤੁਸੀਂ ਮੇਨ ਗੱਲ ਚਲਾਈ ਸੀ ਉਮਰ ਦੀ, 65 ਸਾਲ ਜ਼ਿੰਦਗੀ ਸ਼ਾਹੀ ਨਿਕਲ ਆ, ਮੈਂ 3 ਸਾਲ ਹੋ ਸੀਰਕ ਮੁਸ਼ਕਲ ਚੱਲ ਰਹੀ ਆ, ਇਹਨੂੰ ਵੀ ਮੈਂ ਸੱਦਾ ਦਿੱਤਾ ਨਹੀਂ ਆਉਂਦੀ ਨਹੀਂ ਸੀ, ਮੇਰੀ ਗਲਤੀ, ਅਸੀਂ ਬਿਮਾਰੀ ਆਪ ਹੀ ਪਾ। ਬਾਕੀ ਗੱਲਾਂ ਦਾ ਤਾਂ ਬਹੁਤ ਜੀ ਕਰਦਾ, ਭੁੱਲ ਜਾਂਦਾ, ਆਪਾਂ ਕਰਦੇ ਰਹਾਂਗੇ, ਟਾਈਮ ਟੂ ਟਾਈਮ ਆਪਾਂ ਗੱਲ ਕਰਦੇ ਰਹਾਂ। ਠੀਕ ਆ ਜੀ, ਆਹ ਤਾਂ ਬਾਹਲੀ ਖੁਸ਼ੀ ਦੀ ਗੱਲ, ਸੱਚ ਪੁੱਛੋ ਨਾ, ਅੱਜ ਤਾਂ ਬੈਟਰੀ ਚਾਰਜ ਹੋ ਗਿਆ। ਨਹੀਂ ਨਹੀਂ ਸ਼ੁਕਰ, ਮਨ ਖੁਸ਼ ਰਹੂਗਾ, ਰਿਕਾਰਡ ਕਰਦੇ ਰਹਾਂਗੇ, ਹੈ ਨਾ, ਸਾਂਝੇ ਕਰਦੇ ਰਹਾਂਗੇ।